ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗੱਲਾਂ ਪਤਾ ਚੱਲ ਰਹੀਆਂ ਗੁਰਮੀਤ ਪੰਜਾਬੀ ਜੀ ਦੇ ਨਾਲ, ਤੇ ਆਓ ਪੁੱਛਦੇ ਹਾਂ ਅਗਲਾ ਸਵਾਲ। ਗੁਰਮੀਤ ਜੀ, ਕਿੰਨਾ ਕਿੰਨਾ ਲੋਕਾਂ ਦਾ ਯੋਗਦਾਨ ਰਿਹਾ ਕਿ ਤੁਸੀਂ ਇੱਥੇ ਪਹੁੰਚੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਹਿਯੋਗ ਸੱਚੇ ਵਾਹਿਗੁਰੂ ਦਾ ਹੈ ਜੀ। ਜੀ, ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਜੀ ਦਾ ਸਹਿਯੋਗ, ਮੈਨੂੰ ਜਿਨ੍ਹਾਂ ਨੇ ਬਹੁਤ ਸਪੋਰਟ ਕੀਤਾ। ਮੇਰੇ ਡੈਡੀ ਜੀ ਸਵਰਗੀਏ ਸਰਦਾਰ ਬਲਵਿੰਦਰ ਸਿੰਘ ਜੀ, ਮੰਮੀ ਜੀ ਸਵਰਗੀਏ ਸਰਦਾਰਨੀ ਅਮਰਜੀਤ ਕੌਰ ਜੀ, ਉਹਨਾਂ ਦਾ ਸਹਿਯੋਗ ਰਿਹਾ ਜੀ। ਬਾਕੀ ਹੋਰ ਸਾਰੇ ਯਾਰਾਂ ਦੋਸਤਾਂ ਦਾ, ਮੇਰੇ ਭੈਣਾਂ ਭਰਾਵਾਂ ਦਾ, ਮੇਰੇ ਗੀਤਕਾਰ, ਮੇਰੀ ਪੂਰੀ ਟੀਮ, ਸੇਵਕ ਰਾਜਸਥਾਨੀ, ਬਿੱਟੂ ਅਮਰਕੋਟ ਵਾਲਾ, ਲਾਡਾ ਪਰਦੇਸੀ, ਦੇਖ ਲਓ ਕੋਈ ਰਹਿ ਨਾ ਜਾਵੇ ਫਿਰ ਗੁੱਸਾ ਕਰਨਾ ਚ ਸਾਰਿਆਂ ਨੇ। ਨਹੀਂ ਕਰੀ ਜਾਣ ਜੀ, ਜੋ ਪਿਆਰ ਕਰਦੇ ਹੋਣਗੇ ਤਾਂ ਉਹਨਾਂ ਨੂੰ ਫੀਲ ਹੁੰਦੀ ਹੈ ਸਾਰਿਆਂ ਦੇ ਨਾਲ ਆ ਦੋ ਹੁਣ ਯਾਦ ਕਰ ਕਰਕੇ। ਹਾਂਜੀ ਹਾਂਜੀ, ਮਨਜਿੰਦਰ ਮਾਲਚੱਕ, ਇਹ ਸਾਰੇ ਮੇਰੇ ਗੀਤਕਾਰ ਵੀ ਨੇ, ਮੇਰੇ ਭਰਾ ਵੀ ਨੇ ਜਿਹੜੇ ਮੇਰੇ ਨਾਲ, ਲਿਸ਼ਕਾਰ ਜੀਓਵਾਲ ਮੇਰੇ ਪਿੰਡ ਤੋਂ, ਹੋਰ ਵੀ ਇੱਦਾਂ ਕਰਕੇ ਹੋਰ ਸਾਰੇ ਬਹੁਤ ਸਾਰੇ ਭੈਣਾਂ ਭਰਾਵਾਂ ਦਾ ਸਹਿਯੋਗ ਮੇਰੇ ਨਾਲ ਹੈ ਜੀ। ਅਤੇ ਉਸਤਾਦ ਜੀ ਕੌਣ ਨੇ ਤੁਹਾਡੇ? ਹਾਂਜੀ, ਮੇਰੇ ਉਸਤਾਦ ਜੀ ਜਨਾਬ ਨਿਸ਼ਾਨ ਸਖੀਰਾ ਜੀ, ਔਰ ਉਹਨਾਂ ਦੇ ਮਿਸਿਜ ਯਾਨੀ ਕਿ ਉਹ ਵੀ ਇੱਕ ਬਹੁਤ ਅੱਛੇ ਸਿੰਗਰ ਨੇ, ਹਰਜਿੰਦਰ ਮਾਨ ਜੀ, ਮੈਂ ਉਹਨਾਂ ਕੋਲੋਂ ਇਸ ਪੰਧ ਦੇ ਉੱਤੇ ਚੱਲਣਾ ਸਿੱਖਿਆ ਜੀ। ਸਿੰਗਿੰਗ ਤੋਂ ਇਲਾਵਾ ਕੀ ਕਰਦੇ ਹੋ ਹੋਰ ਤੁਸੀਂ, ਕੋਈ ਪ੍ਰੋਫੈਸ਼ਨ ਹੋਰ ਸਿੰਗਿੰਗ ਤੋਂ ਬਗੈਰ? ਹਾਂਜੀ, ਮੈਂ ਦੱਸਣਾ ਚਾਹਾਂਗਾ ਕਿ ਮੈਂ ਗੌਰਮੈਂਟ ਜੋਬ 'ਤੇ ਹਾਂ ਜੀ, ਪੰਜਾਬ ਰਾਜ ਬਿਜਲੀ ਬੋਰਡ ਦੀ ਸੇਵਾ ਨਿਭਾ ਰਿਹਾ ਜੀ ਨਾਲ। ਕਿਆ ਬਾਤ ਹੈ ਜੀ, ਅਤੇ ਕੀ ਕੰਮ ਜ਼ਿਆਦਾ ਕਰਨਾ ਪਸੰਦ ਲੱਗਦਾ, ਸਿੰਗਿੰਗ ਕਰਨੀ ਜ਼ਿਆਦਾ ਪਸੰਦ ਹੈ ਕਿ ਆਪਣਾ ਉਹਨੂੰ ਜਿਹੜਾ ਬਿਜਲੀ ਦਾ ਕੰਮ ਹੈ ਉਹ ਜ਼ਿਆਦਾ ਕਰਨਾ ਪਸੰਦ ਕਰਦੇ ਹੋ? ਸਿੰਗਿੰਗ ਮੇਰਾ ਸ਼ੌਂਕ ਹੈ ਜੀ ਸ਼ੁਰੂ ਤੋਂ, ਔਰ ਇਸ ਨੂੰ ਮੈਂ ਸ਼ੌਂਕ ਹੀ ਰੱਖਿਆ ਹੋਇਆ, ਅਤੇ ਜਿਹੜਾ ਚੰਗਾ ਲੱਗਦਾ ਹੈ ਉਹ ਜੇ ਸਰਕਾਰ ਕੋਲੋਂ ਪੈਸੇ ਲੈਣੇ ਕੰਮ ਤਾਂ ਉਹੀ ਚੰਗਾ ਲੱਗਦਾ ਜੀ। ਜੋ ਕਿ ਕਹਿੰਦੇ ਨਾ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਤਾਂ ਫਿਰ ਸਰਕਾਰ ਦਾ ਹੱਕ ਪੂਰਾ ਕਰੀ ਦਿੰਦੇ। ਅੱਛਾ ਠੀਕ ਹੈ, ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ, ਜੇ ਤੁਸੀਂ ਗੁੱਸਾ ਨਾ ਕਰੋ, ਵੈ ਕਰੀ ਜਾਓ ਮੇਰਾ ਕੀ ਜਾਂਦਾ, ਤੁਹਾਡਾ ਗੁੱਸਾ ਨਹੀਂ ਆਉਂਦਾ, ਤੁਹਾਡਾ ਹੀ ਸੜਨਾ ਹੈ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਫਿਰ ਜਿਸ ਤਰ੍ਹਾਂ ਮੀਟਰ ਵਗੈਰਾ ਜਿਵੇਂ ਆਉਂਦੇ, ਅਸੀਂ ਵੀ ਵੇਖੀਦਾ ਆ ਘਰਾਂ ਵਿੱਚ, ਜਦੋਂ ਤੁਸੀਂ ਕਦੀ ਤਾਰ ਤੂਰ ਫੜ ਲੈਂਦੇ ਤਾਂ ਫਿਰ ਪੈਸੇ ਪੂਸੇ ਲੈਂਦੇ ਹੁੰਦੇ ਕਿ ਨਹੀਂ? ਨਹੀਂ ਜੀ, ਮੇਰੀ ਉਹ ਡਿਊਟੀ ਨਹੀਂ ਜੀ, ਮੇਰੀ ਡਿਊਟੀ ਸਟੇਸ਼ਨ ਦੀ ਹੈ ਜੀ ਅੰਦਰ ਹੀ। ਬਾਕੀ ਬਿਜਲੀ ਬੋਰਡ ਵਾਲੇ ਪੈਸੇ ਲੈਂਦੇ ਨਹੀਂ, ਲੋਕ ਦੇ ਦਿੰਦੇ ਆ, ਆਪੇ ਦੇ ਦਿੰਦੇ, ਆਪਣੀ ਖੁਸ਼ੀ ਨਾਲ ਦੋ ਸੰਬੰਧ ਕੱਢ ਦਿੰਦੇ ਆ। ਨਹੀਂ, ਉਹਨਾਂ ਨੂੰ ਪਹਿਲਾਂ ਹੀ ਕੱਢ ਕੇ ਰੱਖੇ ਹੁੰਦੇ ਕਿ ਲੈ ਜਾਓ ਜੀ, ਬਿੱਲ ਨਾ ਦਿਓ, ਬਿੱਲ ਨਹੀਂ ਤਾਰਨਾ, ਰਿਸ਼ਵਤ ਦੇਣੀ। ਵੈਸੇ ਜਿਹੜੇ ਲਾਈਨ ਮੈਨ ਆ ਦਿੰਦੇ ਤੇ ਅੰਦਰ ਬੈਠਿਆਂ ਨੂੰ ਹੀ ਜਾ ਕੇ, ਹਨਾ? ਵੈਸੇ ਮੈਂ ਤੁਹਾਨੂੰ ਦੱਸਾਂ, ਦਸੰਦ ਖਾਂਦੇ ਨਹੀਂ, ਸੱਚ ਸੱਚ ਦੱਸ ਦਿਓ। ਨਹੀਂ ਨਹੀਂ ਜੀ, ਆਦਤ ਤਾਂ ਲੋਕ ਹੀ ਪਾਉਂਦੇ ਆ, ਪਰ ਮੈਂ ਤੁਹਾਨੂੰ ਕਹਿੰਦਾ ਮੇਰੀ ਇਹ ਡਿਊਟੀ ਨਹੀਂ, ਮੇਰੀ ਡਿਊਟੀ ਸਟੇਸ਼ਨ ਦੇ ਅੰਦਰ ਹੈ ਜੀ। ਅਸੀਂ ਬੱਤੀ ਛੱਡਦੇ ਹਾਂ ਅਤੇ ਬੰਦ ਕਰਦੇ ਹਾਂ ਜੀ। ਅਤੇ ਗਰਮੀਆਂ 'ਚ ਫਿਰ ਕਿੰਨੀਆਂ ਕੁ ਗਾਲਾਂ ਪੈਂਦੀਆਂ ਹੁੰਦੀਆਂ, ਬੜੀ ਬੱਤੀ ਬੰਦ ਕਰਦੇ ਹੋ ਤੁਸੀਂ? ਨਹੀਂ ਜੀ, ਮੈਂ ਇੱਕ ਤਰੀਕਾ ਲਾਇਆ ਹੋਇਆ, ਜਦੋਂ ਤਾਂ ਲਾਈਟ ਛੱਡਣੀ ਹੁੰਦੀ ਮੈਂ ਆਪ ਹੀ ਛੱਡ ਲੈਂਦਾ, ਜਦੋਂ ਬੰਦ ਕਰਨੀ ਹੁੰਦੀ ਨਾਲ ਨੂੰ ਕਹਿੰਦਾ ਯਾਰ ਬੰਦ ਕਰ ਦੀ ਫਲਾਣਾ ਫਰੈਂਡ, ਗਾਲਾਂ ਫਿਰ ਉਹਨੂੰ ਜਾਣ ਦੀ ਸਾਨੂੰ ਗਾਲਾਂ, ਸਾਨੂੰ ਤਾਂ ਲੋਕ ਜਦੋਂ ਮੈਂ ਛੱਡਦਾ ਉਹ ਕਹਿੰਦੇ ਆਵਾਜ਼ ਭਲਾ ਹੋਵੇ, ਆ ਗਈ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਆਪਾਂ ਤੇ ਬਸ ਹੈਲਦੀ ਰਹਿਣਾ। ਛੱਡਣ ਵੇਲੇ ਮੈਂ ਉੱਠ ਪੈਂਦਾ। ਸਹੀ ਗੱਲ, ਚਲੋ ਇਹ ਤੇ ਥੋੜਾ ਹਾਸਾ ਮਜ਼ਾਕ ਹੋ ਗਿਆ, ਵੀ ਬਹੁਤ ਜ਼ਰੂਰੀ ਆ। ਹਾਂਜੀ, ਚੱਲਦੇ ਆ ਆਪਣੇ ਪ੍ਰੋਗਰਾਮ ਦੇ ਵੱਲ ਦੁਬਾਰਾ। ਬਿਲਕੁਲ ਜੀ, ਤੇ ਆਉਣ ਵਾਲਾ ਕਿਹੜੇ ਕਿਹੜੇ ਆਉਣ ਵਾਲੇ ਪ੍ਰੋਜੈਕਟਸ ਨੇ, ਕੀ ਲੈ ਕੇ ਆ ਰਹੇ ਹੋ ਦਰਸ਼ਕਾਂ ਦੇ ਲਈ? ਦੋ ਸਿੰਗਲ ਟਰੈਕ ਕੀਤੇ ਹੋਏ ਆ ਜੀ, ਇੱਕ ਪੰਛੀ ਰਣਗੜ ਵਾਲੇ ਦੀ ਕਲਮ ਤੋਂ ਲਿਖਿਆ ਹੋਇਆ, ਜੀ ਜੀ, ਇੱਕ ਬੱਬੂ ਲਖਾਰੀ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਹੈ, ਇੱਕ ਸੋਲੋ ਸੌਂਗ ਹੈ ਮਾਂ, ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ, ਮੈਂ ਦੋ ਲਾਈਨਾਂ। ਜੀ ਜੀ ਬਿਲਕੁਲ ਬਿਲਕੁਲ, ਅਸੀਂ ਸੁਣਨ ਲਈ ਬੈਠੇ ਹੋਏ ਹਾਂ। ਮੈਂ ਸਪੈਸ਼ਲ ਆਪਣੀ ਬੇਬੇ ਵਾਸਤੇ ਉਹ ਗਾਣਾ ਗਾਇਆ, ਹਰ ਪ੍ਰਤਾਪ ਢਿੱਲੋਂ ਦੇ ਸਹਿਯੋਗ ਨਾਲ। ਜੀ ਜੀ, ਮਾਂ ਦਿਲ ਵੀ ਭਰ ਭਰ ਆਇਆ ਕੱਲੀਆਂ ਅੱਖੀਆਂ ਨਾ ਰੋਈਆਂ, ਮਾਂ ਦਿਲ ਵੀ ਭਰ ਭਰ ਆਇਆ ਕੱਲੀਆਂ ਅੱਖੀਆਂ ਨਾ ਰੋਈਆਂ, ਨੀ ਮਾਂ ਤੇਰੇ ਵਾਂਗੂ, ਤੇਰੇ ਵਾਂਗੂ ਸਾਡੇ ਨਾ ਕਿਸੇ ਗੱਲਾਂ ਨਾ ਛੋਈਆਂ, ਨੀ ਮਾਂ ਤੇਰੇ ਵਾਂਗੂ, ਤੇਰੇ ਵਾਂਗੂ ਸਾਡੇ ਨਾ ਕਿਸੇ ਗੱਲਾਂ ਨਾ ਕਰੀਆਂ, ਨੀ ਮਾਂ ਤੇਰੇ ਵਾਂਗੂ। ਕਿਆ ਬਾਤ ਹੈ ਜੀ, ਇਹ ਸਪੈਸ਼ਲ ਗਾਣਾ ਮੈਂ ਆਪਣੀ ਮਾਂ ਵਾਸਤੇ ਗਾ ਰਿਹਾ ਜੀ, ਨਵਾਂ ਆ ਰਿਹਾ ਹੈ। ਔਰ ਦੂਜਾ ਟਰੈਕ ਬੱਬੂ ਲਖਾਰੀ ਦੀ ਕਲਮ ਤੋਂ ਲਿਖਿਆ ਹੋਇਆ, ਲਾਲ ਕਮਲ ਜੀ ਦਾ ਮਿਊਜ਼ਿਕ ਹੈ ਉਸਦੇ ਵਿੱਚ, ਔਰ ਪੰਜਾਬ ਦੇ ਖੂਬਸੂਰਤ ਆਵਾਜ਼ ਦੀ ਮਲਕਾ, ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਵੀ ਕਹਾਂਗੇ ਅਤੇ ਕੋਈ ਅਤਕਥ ਵੀ ਨਹੀਂ ਹੋਵੇਗੀ, ਸੁਦੇਸ਼ ਕੁਮਾਰੀ ਜੀ, ਉਹਨਾਂ ਨੇ ਇਸ ਗਾਣੇ ਦੇ ਨਾਲ ਮੇਰਾ ਸਹਿਯੋਗ ਦਿੱਤਾ ਹੈ, ਸਾਥ ਨਿਭਾਇਆ ਉਸ ਗਾਣਾ ਗਾਉਣ ਨੂੰ। ਸੋ ਉਸ ਸੌਂਗ ਦਾ ਨਾਂ ਜੀ ਬੁਲਟ ਯਾਰ ਦਾ, ਥੋੜ੍ਹਾ ਮੁੰਡਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ। ਹਾਂਜੀ, ਨਵਾਂ ਰਹੇ ਤੇ ਦਰਸ਼ਕਾਂ ਦੀ ਨਜ਼ਰ ਨਹੀਂ ਕਰੋਗੇ? ਹਾਂਜੀ, ਉਹ ਤੇਰੇ ਵੈਰੀ ਮੇਰੇ ਤੇ ਹੁਣ ਕਰਦੇ ਕਬਜ਼ਾ ਵੇ, ਆ ਕੇ ਇਹਨਾਂ ਦੀਆਂ ਬੰਦ ਸੋਹਣਿਆਂ ਕਰਦੇ ਨਬਜ਼ਾ ਵੇ, ਅੱਜ ਕਾਵਾਂ ਨੇ ਚੰਨਾ ਤੇਰੀ ਕੂੰਜ਼ੈ ਘੇਰੀ ਵੇ, ਮਾਰ ਸੋਹਣਿਆ ਕੇ ਕਿਤੇ ਬੁਲਟ ਬਣਾ ਦੇ ਨੇਰੀ ਵੇ, ਮਾਰ ਸੋਹਣਿਆ ਕੇ ਕਿਤੇ ਬੁਲਟ ਬਣਾ ਦੇ ਨੇਰੀ ਵੇ, ਉਹ ਸਾਨਾ ਵਾਲੇ ਪੇਟ 'ਚ ਨਾ ਕੋਈ ਆਵੇ ਤੀਜਾ ਨੀ, ਕਹਿੰਦੇ ਇਹਨਾਂ ਨੂੰ ਆਉਂਦਾ ਆ ਹੁਣ ਤੁਹਾਡਾ ਜੀ ਜਾਨੀ, ਇਲਾਕੇ ਵਿੱਚ ਨਾ ਮੇਰਾ ਪੂਰੀਆਂ ਮਾਰੀਆਂ ਮੱਲਾਂ ਨੀ,
ਬੁਲਟ ਯਾਰ ਦਾ ਨੀ, ਬੁਲਟ ਯਾਰ ਦਾ ਆਉਂਦਾ ਹਵਾ ਨਾਲ ਕਰਦਾ ਗੱਲਾਂ ਨੀ। ਹੋਰ ਗੁਰਮੀਤ ਜੀ, ਕਿੱਥੇ ਦੇਖਦੇ ਹੋ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ? ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ ਜੀ, ਕਿਉਂਕਿ ਪਰਮਾਤਮਾ 'ਤੇ ਵਿਸ਼ਵਾਸ ਕਰਨ ਵਾਲਾ ਬੰਦਾ ਮੈਂ, ਅਤੇ ਜੋ ਉਹਦੀ ਰਜ਼ਾ ਹੋਊਗੀ। ਮੈਂ ਆਪਣੇ ਆਪ ਨੂੰ ਨੀਵਾਂ ਹੀ ਸਮਝਦਾ ਅਤੇ ਫਲ ਨੀਵਿਆਂ ਰੁੱਖਾਂ ਨੂੰ ਵੀ ਲੱਗਦੇ ਆ ਜੀ। ਆਸ ਕਰਦੇ ਹਾਂ ਪਰਮਾਤਮਾ ਸਾਡੀ ਮਿਹਨਤ, ਜਿੰਨੀ ਕੁ ਸਾਡੀ ਮਿਹਨਤ ਹੋਊਗਾ ਉਸ ਤੋਂ ਦੁੱਗਣਾ ਫਲ ਲਾਵਾਂਗੇ। ਅਤੇ ਲਾਈਵ ਸ਼ੋਜ਼ ਦੀ ਗੱਲ ਕਰਦੇ ਹਾਂ, ਲਾਈਵ ਸ਼ੋਜ਼ ਕਿੱਥੇ ਕਿੱਥੇ ਕੀਤੇ ਆ ਹੁਣ ਤੱਕ ਤੁਸੀਂ? ਲਾਈਵ ਸ਼ੋਜ਼ ਮੈਂ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ, ਸ਼ਾਇਦ ਹੀ ਕੋਈ ਜੱਟ ਭਰਾ ਦਾ ਫਾਰਮ ਹੈ ਜਿੱਥੇ ਮੇਰਾ ਅਖਾੜਾ ਨਹੀਂ ਲੱਗਿਆ, ਜੰਮੂ ਨੇਪਾਲ ਦੇ ਬਾਰਡਰ ਤੱਕ ਜੀ, ਕਲਕੱਤਾ, ਰਾਮਗੜ੍ਹ, ਰਾਂਚੀ ਔਰ ਪੂਰੇ ਪੰਜਾਬ ਦੇ ਵਿੱਚ ਮੇਰੇ ਜਿਹੜੇ ਸ਼ੋਅ ਲੱਗੇ ਹੋਏ। ਗੁਰਮੀਤ ਜੀ, ਕਿੰਨਾ ਕਿੰਨਾ ਸਿੰਗਰਾਂ ਦੇ ਨਾਲ ਹੁਣ ਤੱਕ ਸਟੇਜ ਸਾਂਝੀ ਕਰ ਚੁੱਕੇ ਹੋ ਤੁਸੀਂ? ਮੈਂ ਜੀ ਆਲਮੋਸਟ ਤਾਂ ਬਹੁਤ ਨੇ, ਪਰ ਮੈਂ ਜ਼ਿਆਦਾ ਮਾਣ ਮਹਿਸੂਸ ਕਰਦਾ ਜੀ ਉਹਨਾਂ ਦਾ ਨਾਂ ਲੈਣ ਲੱਗਿਆਂ। ਪੰਜਾਬੀ ਗਾਇਕੀ ਦੇ ਬਾਬਾ ਬੋਰਡ ਜਨਾਬ ਗੁਰਦਾਸ ਮਾਨ ਜੀ, ਉਹਨਾਂ ਨਾਲ ਸਟੇਜ ਸਾਂਝੀ ਕੀਤੀ ਹੈ ਵੱਡੇ ਵੀਰ ਨਛੱਤਰ ਗਿੱਲ ਜੀ ਦੇ ਨਾਲ, ਵੱਡੇ ਵੀਰ ਜਨਾਬ ਸਰਜੀਤ ਭੁੱਲਰ ਜੀ, ਰਣਜੀਤ ਬਾਵਾ ਜੀ, ਐਮੀ ਵਿਰਕ, ਕੁਲਵਿੰਦਰ ਬਿੱਲਾ ਜੀ, ਆਲਮੋਸਟ ਕਾਫੀ ਸਿੰਗਰਾਂ ਨਾਲ ਹੁਣ ਤੱਕ ਸਟੇਜਾਂ ਸਾਂਝੀਆਂ ਹੋ ਗਈਆਂ ਜੀ। ਨਾਮੀ ਸਿੰਗਰਸ ਦੇ ਨਾਲ ਤੁਸੀਂ ਸਟੇਜ ਸ਼ੇਅਰ ਕੀਤੀ, ਔਰ ਸਭ ਤੋਂ ਵਧੀਆ ਐਕਸਪੀਰੀਅੰਸ ਜਿਹੜਾ ਉਹ ਕਿਹਦੇ ਨਾਲ ਸਟੇਜ ਸਾਂਝੀ ਕਰਨ ਦਾ ਰਿਹਾ? ਵੈਸੇ ਤਾਂ ਜੀ ਜੇ ਤੁਸੀਂ ਕਿਸੇ ਹੋਰ ਸਿੰਗਰ ਨੂੰ ਕੁਐਸਚਨ ਕਰਦੇ ਤਾਂ ਉਹਨਾਂ ਨੇ ਮਾਨਸਾ ਦਾ ਨਾਂ ਲੈ ਲਿਆ, ਪਰ ਮੈਨੂੰ ਸਰਜੀਤ ਭੁੱਲਰ ਜੀ ਦੇ ਨਾਲ ਮਜ਼ਾ ਆਇਆ ਜੀ ਸਟੇਜ ਸਾਂਝੀ ਕਰਨ। ਕਿਸ ਤਰ੍ਹਾਂ ਦੇ ਇਨਸਾਨ ਨੇ ਸਰਜੀਤ ਭੁੱਲਰ ਜੀ? ਮਤਲਬ ਦੇਖਣ ਤੋਂ ਤਾਂ ਕਾਫੀ ਫਨੀ, ਕਾਫੀ ਡਾਊਨ ਟੂ ਅਰਥ ਲੱਗਦੇ ਨੇ। ਉਹ ਇੱਕ ਸੂਝਵਾਨ ਇਨਸਾਨ ਨੇ ਜੀ, ਜੀ, ਔਰ ਸਭ ਤੋਂ ਵੱਡੀ ਗੱਲ ਹੈ ਜੀ ਉਹ ਇੱਕ ਇਨਸਾਨ ਸਭ ਤੋਂ ਪਹਿਲਾਂ ਵਧੀਆ ਨੇ, ਉਸ ਤੋਂ ਬਾਅਦ ਉਹ ਸਿੰਗਰ ਵਧੀਆ ਨੇ ਜੀ। ਇਨਸਾਨੀਅਤ ਉਹਨਾਂ 'ਚ ਕੁੱਟ ਕੁੱਟ ਕੇ ਭਰੀ ਹੋਈ ਹੈ ਜੀ। ਕੀ ਬਾਤ ਹੈ! ਹਾਂਜੀ ਬਿਲਕੁਲ ਜੀ, ਛੋਟਿਆਂ ਨੂੰ ਨਾਲ ਲੈ ਕੇ ਤੁਰਨ ਵਾਲੇ ਇਨਸਾਨ ਨੇ ਜੀ। ਤੁਸੀਂ ਗਾਇਕੀ ਤੋਂ ਇਲਾਵਾ ਸੋਸ਼ਲ ਸਰਵਿਸ ਵੀ ਕਰਦੇ ਹੋ ਕੋਈ? ਹਾਂਜੀ, ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਸੰਸਥਾ ਬਣਾਈ ਹੋਈ ਹੈ ਜੀ, ਨਿਸ਼ਕਾਮ ਸੇਵਾ ਸੁਸਾਇਟੀ। ਉਹਦੇ ਵਿੱਚ ਅਸੀਂ ਆਪਣਾ ਏਰੀਆ 'ਤੇ ਨਹੀਂ, ਮਤਲਬ ਕਿ ਸਾਡਾ ਆਪਣਾ ਪਿੰਡ ਜੀਓ ਵਾਲਾ ਜਿਹੜਾ ਮੇਰਾ, ਉਹਦੇ ਵਿੱਚ ਅਸੀਂ ਕਿਸੇ ਗਰੀਬ ਨੂੰ ਕੋਈ ਦਵਾਈ ਬੂਟੀ ਦੀ ਲੋੜ ਹੈ ਜਾਂ ਕਿਸੇ ਦੇ ਕੋਈ ਪ੍ਰੋਬਲਮ ਪੈ ਗਈ ਆ ਪਰਿਵਾਰ ਦੇ ਵਿੱਚ, ਉਹ ਫਿਰ ਅਸੀਂ ਇੱਕ ਸੰਸਥਾ ਬਣਾਈ ਹੈ 10-15 ਮੁੰਡਿਆਂ ਨੇ, ਉਹ ਰਲ ਕੇ ਅਸੀਂ ਉਹਨਾਂ ਦੀ ਮਦਦ ਕਰ ਦਿੰਦੇ ਹਾਂ ਜੀ। ਕਿਆ ਬਾਤ ਹੈ ਜੀ, ਇਹ ਤਾਂ ਸਭ ਤੋਂ ਵੱਡਾ ਪੁੰਨ ਹੈਗਾ ਆ। ਹਾਂਜੀ ਬਿਲਕੁਲ ਜੀ, ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡਾ ਪੁੰਨ ਹੈ ਜੀ। ਸਹੀ ਗੱਲ ਹੈ। ਤੁਸੀਂ ਕਿਹੜੇ ਕਿਹੜੇ ਸਿੰਗਰਸ ਨੂੰ ਸੁਣਨਾ ਪਸੰਦ ਕਰਦੇ ਹੋ? ਮੈਂ ਜੀ ਜਨਾਬ ਹਰਿੰਦਰ ਸੰਧੂ ਜੀ, ਜੀ ਸਰਜੀਤ ਭੁੱਲਰ ਜੀ, ਔਰ ਸਾਡੇ ਅੰਮ੍ਰਿਤਸਰ ਦੇ ਸਿੰਗਰ ਨੇ, ਬਹੁਤ ਪਿਆਰੇ ਸਿੰਗਰ ਨੇ, ਬਲਕਾਰ ਨਖੀਲਾ, ਮਨਜਿੰਦਰ ਗੁਲਸ਼ਨ ਜੀ, ਜੀ ਮੈਂ ਉਹਨਾਂ ਨੂੰ ਸੁਣਨਾ ਪਸੰਦ ਕਰਦਾ ਜੀ। ਔਰ ਇੱਕ ਰੋਲ ਮਾਡਲ ਹੁੰਦਾ ਬੰਦੇ ਦਾ, ਸਪੈਸ਼ਲੀ ਇੱਕ, ਅਸੀਂ ਨਾਮ ਤਾਂ ਚਲੋ ਕਾਫੀਆਂ ਦਾ ਲੈ ਲੈਂਦੇ ਹਾਂ, ਬਟ ਇੱਕ ਸਪੈਸ਼ਲ ਹੁੰਦਾ ਹੈ ਜਿਹਨੂੰ ਤੁਸੀਂ ਸੁਣ ਸੁਣ ਕੇ ਅੱਗੇ ਵੱਧਦੇ ਹੋ, ਕੋਈ ਇੱਕ ਨਾਮ? ਸੁਰਜੀਤ ਭੁੱਲਰ ਜੀ। ਅੱਛਾ, ਉਹਨਾਂ ਨੂੰ ਸੁਣ ਸੁਣ ਕੇ ਤੁਸੀਂ ਇੱਥੋਂ ਤੱਕ? ਹਾਂਜੀ ਹਾਂਜੀ, ਰੋਲ ਮਾਡਲ ਨੇ ਤੁਹਾਡੇ? ਬਿਲਕੁਲ ਜੀ ਬਿਲਕੁਲ। ਤੇ ਇੱਕ ਤੁਸੀਂ ਹੁਸਨ ਮੀਰ ਜੀ ਦਾ ਜ਼ਿਕਰ ਕੀਤਾ ਹੈ। ਹਾਂਜੀ ਹਾਂਜੀ। ਔਰ ਕਿੰਨੀ ਕੁ ਦੇਰ ਤੋਂ ਤੁਸੀਂ ਉਹਨਾਂ ਦੇ ਨਾਲ ਕੰਮ ਕਰ ਰਹੇ ਹੋ, ਔਰ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਉਹਨਾਂ ਦੇ ਨਾਲ? ਹਾਂਜੀ, ਉਹਨਾਂ ਦਾ ਵੀ ਮੇਰੇ ਸਟਰਗਲ ਦੇ ਵਿੱਚ ਬਹੁਤ ਸਹਿਯੋਗ ਹੈ, ਅੱਜ ਵੀ ਹੈ। ਸਾਨੂੰ 13 ਸਾਲ ਹੋ ਗਏ ਇਕੱਠਿਆਂ ਨੂੰ ਗਾਉਂਦਿਆਂ ਨੂੰ। ਔਰ ਕਿਸ ਤਰ੍ਹਾਂ ਮਿਲੇ ਸੀਗੇ ਤੁਸੀਂ ਦੇ ਇੱਕ ਦੂਸਰੇ ਨੂੰ? ਬਸ ਜੀ, ਕੁੜੀ ਨਹੀਂ ਸੀ ਮਿਲ ਰਹੀ ਗਾਉਣ ਵਾਸਤੇ, ਉਹ ਕਿਸੇ ਭਰਾ ਨੇ ਨੰਬਰ ਦੇ ਦਿੱਤਾ ਜੀ, ਤਾਂ ਉਹ ਜਿਹੜਾ ਨੰਬਰ ਸੀ ਉਹਨਾਂ ਦੀ ਵੱਡੀ ਸਿਸਟਰ ਦਾ ਸੀਗਾ ਜੀ। ਮੈਂ ਇੱਕ ਸਟੇਜ ਉਹਨਾਂ ਦੀ ਵੱਡੀ ਸਿਸਟਰ ਨਾਲ ਕੀਤੀ, ਅਤੇ ਉਹ ਫਿਰ ਮੇਰਾ ਧਿਆਨ ਇਹਨਾਂ 'ਤੇ ਚਲੇ ਗਿਆ ਕਿ ਇਹ ਵੀ ਗਾਉਣ ਦਾ ਚਾਹਵਾਨ ਨੇ ਜੀ, ਜੀ ਹੁਸਨ ਮੀਰ ਜੀ। ਜੀ ਫਿਰ ਮੈਂ ਵਾਜਾ ਲੈ ਕੇ ਮੈਂ ਕਿਹਾ ਜੀ ਥੋੜ੍ਹਾ ਸੁਣਾਓ ਕੁਝ, ਉਹਨਾਂ ਨੇ ਸੁਣਾਇਆ, ਬਸ ਫਿਰ ਉਸ ਦਿਨ ਤੋਂ ਅਸੀਂ ਇਕੱਠੇ ਗਾ ਰਹੇ ਹਾਂ ਜੀ। 13 ਸਾਲ ਹੋ ਗਏ ਜੀ ਸਾਨੂੰ ਇਸ ਲਈ, ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਵੀ ਗਾ ਰਹੇ ਹੋ? ਹਾਂਜੀ, ਨਾ ਉਹਨਾਂ ਕਿਸੇ ਸਿੰਗਰ ਨਾਲ ਗਾਇਆ ਜੀ, ਨਾ ਮੈਂ ਕਿਸੇ ਕੁੜੀ ਨਾਲ ਗਾਇਆ, ਇਕੱਠੇ ਗਾ ਰਹੇ ਹਾਂ। ਇਹ ਵੀ ਪਰਮਾਤਮਾ ਵੱਲੋਂ ਕੋਈ ਦੇਣ ਹੁੰਦੀ ਹੈ ਕਿ ਅਗਰ ਇੱਕ ਅੱਛਾ ਤੁਹਾਨੂੰ ਪਾਰਟਨਰ ਸਿੰਗਿੰਗ ਲਈ ਮਿਲ ਜਾਂਦਾ, ਨਹੀਂ ਤਾਂ ਮੋਸਟਲੀ ਕੰਟਰੋਵਰਸੀਜ਼ ਹੀ ਹੋ ਜਾਂਦੀਆਂ। ਮੋਸਟਲੀ ਮੈਂ ਦੇਖਿਆ ਕਿ ਦੋ ਗਾਣਾ ਜੋੜੀਆਂ ਵੀ ਹਮੇਸ਼ਾ ਟੁੱਟੀ ਜਾਂਦੀਆਂ, ਔਰ ਇਹ ਤਾਂ ਰੱਬ ਦੀ ਨਿਆਮਤ ਆ ਕਿ ਤੁਸੀਂ 13 ਸਾਲ ਤੋਂ ਆਲਮੋਸਟ ਰੈਗੂਲਰ ਤੁਸੀਂ ਇਕੱਠਾ ਕੰਮ ਕਰ ਰਹੇ ਹੋ। ਹਾਂਜੀ ਹਾਂਜੀ, ਔਰ ਬਹੁਤ ਵਧੀਆ ਨੇਬਰ ਰਹੀ ਹੈ ਜੀ, ਜਿਸ ਨੂੰ ਕਹਿ ਸਕਦੇ ਹਾਂ ਬਹੁਤ ਅੱਛੀ ਨੇਬਰ ਰਹੀ ਹੈ ਸਾਡੇ 'ਚ। ਕਦੀ ਕੋਈ ਲੜਾਈ ਝਗੜਾ ਜਾਂ ਕੋਈ ਇੱਦਾਂ ਦੀ ਗੱਲ ਨਹੀਂ ਹੋਈ ਕਿ ਟੁੱਟਣ ਤੱਕ, ਤੇ ਨੌਬਤ ਬੜੀ ਦੂਰ ਦੀ ਗੱਲ, ਕੋਈ ਕਦੀ ਨਾਰਾਜ਼ਗੀ ਵੀ ਨਹੀਂ ਹੋਈ। ਇੰਨੀ ਦੇਰ ਤੱਕ ਜਦੋਂ ਬੰਦਾ ਆ ਜਾਂਦਾ ਉਦੋਂ ਤੱਕ ਤਾਂ ਵੈਸੇ ਫੈਮਿਲੀ ਰਿਲੇਸ਼ਨਸ ਬਣ ਜਾਂਦੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਉਹ ਵੀ ਮੇਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ, ਸਾਡੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ, ਔਰ ਉਹਨਾਂ ਦੀ ਫੈਮਿਲੀ ਨਾਲ ਮੇਰੇ ਬਹੁਤ ਅੱਛੇ ਰਿਲੇਸ਼ਨ, ਉਹਦੇ ਮੰਮੀ ਡੈਡੀ, ਉਹਨਾਂ ਦੇ ਬ੍ਰਦਰ, ਉਹ ਸਾਰੇ ਮੇਰੀ ਬਹੁਤ ਰਿਸਪੈਕਟ ਕਰਦੇ ਆ ਔਰ ਬਹੁਤ ਪਿਆਰ ਬਖਸ਼ਦੇ ਆ ਸਾਨੂੰ ਜੀ। ਜੀ, ਕੋਈ ਟਰਨਿੰਗ ਪੁਆਇੰਟ ਵੀ ਹੈ ਤੁਹਾਡੀ ਲਾਈਫ ਦੇ ਵਿੱਚ, ਜ਼ਿੰਦਗੀ 'ਚ ਜਿਹਨੇ ਤੁਹਾਨੂੰ ਬੜਾ ਸਬਕ ਦਿੱਤਾ ਹੋਵੇ ਕਿਸੇ ਗੱਲ ਨੇ, ਕਿਸੇ ਚੀਜ਼ ਨੇ? ਸਬਕ ਤਾਂ ਜੀ ਰੋਜ਼ ਟਰਨਿੰਗ ਪੁਆਇੰਟ ਹੀ ਆਉਂਦੇ ਨੇ ਜ਼ਿੰਦਗੀ ਦੇ ਵਿੱਚ,
ਇੱਕ ਜਿਹੜਾ ਬੰਦਾ ਚੱਲ ਰਿਹਾ ਇਸ ਪੰਧ ਦੇ ਉੱਤੇ ਆਪਣੀ ਮੰਜ਼ਿਲ ਵੱਲ, ਰਸਤੇ ਦੇ ਵਿੱਚ ਯਾਰ ਦੋਸਤ ਆਉਂਦੇ ਨੇ, ਕਈ ਧੋਖੇ ਕਰ ਵੀ ਜਾਂਦੇ ਨੇ, ਔਰ ਉਹ ਛੋਟੇ ਛੋਟੇ ਜਿਹੜੇ ਉਹਨਾਂ ਨੂੰ ਮੈਂ ਬਹੁਤ ਵੱਡੇ ਟਰਨਿੰਗ ਪੁਆਇੰਟ ਨਹੀਂ ਕਹਾਂਗਾ, ਉਹ ਛੋਟੇ ਛੋਟੇ ਜਿਹੜੇ ਸਬਕ ਉਹ ਮਿਲਦੇ ਗਏ ਜ਼ਿੰਦਗੀ ਦੇ, ਅਤੇ ਮੈਂ ਅੱਗੇ ਤੁਰਦਾ ਗਿਆ। ਅਤੇ ਸਟਰਗਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲਾਈਫ ਦੇ ਵਿੱਚ? ਸਟਰਗਲ ਨੂੰ ਮੈਂ ਮੰਜ਼ਿਲ ਨੂੰ ਪਾਉਣਾ ਕਾਮਯਾਬੀ ਨਹੀਂ ਸਮਝਦਾ, ਤੁਰਨਾ ਹੀ ਕਾਮਯਾਬੀ ਸਮਝਦਾ। ਸਟਰਗਲ ਕਰਨਾ ਹੀ, ਹਾਂਜੀ, ਸਟਰਗਲ ਕਰਨਾ ਕਾਮਯਾਬੀ, ਕਿਉਂਕਿ ਪੰਜਾਬੀ ਇਹ ਗਾਇਕੀ ਜਿਹੜੀ ਹੈ ਸਮੁੰਦਰ ਹੈ ਜੀ। ਜੀ ਬਿਲਕੁਲ, ਇਹਨੂੰ ਪ੍ਰੋਪਰ ਕਿਸੇ ਨੇ ਨਹੀਂ ਪਾਇਆ ਜੀ, ਔਰ ਜਿਉਂ ਜਿਉਂ ਇਹਦੇ ਵਿੱਚ ਅਸੀਂ ਵਿਚਰਦੇ ਜਾਂਦੇ ਹਾਂ ਅਸੀਂ ਇਹਦੀ ਡੂੰਘਾਈ ਨੂੰ ਸਮਝਦੇ ਜਾਂਦੇ, ਜਿਉਂ ਜਿਉਂ ਅਸੀਂ ਡੂੰਘਾ ਚਾਈ ਜਾਂਦੇ ਹਾਂ ਤਿਉਂ ਤਿਉਂ ਮੋਤੀ ਜਿਹੜੇ ਸੁੱਚੇ ਸਾਨੂੰ, ਬਿਲਕੁਲ ਜੀ ਬਿਲਕੁਲ, ਉਹ ਸਾਨੂੰ ਪ੍ਰਾਪਤ ਹੋਈ ਜਾਂਦੇ ਹੈ। ਅਤੇ ਕੋਈ ਦਿਲ ਦੀ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋ, ਮੈਸੇਜ ਕੋਈ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ? ਮੈਸੇਜ ਇਹੀ ਹੈ ਜੀ, ਮੈਂ ਹੁਣ ਤੱਕ ਜਿੰਨੀ ਲਾਈਫ ਜੀ ਚੁੱਕਾ ਜੀ, ਉਸਦੇ ਵਿੱਚ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਸਭ ਤੋਂ ਵੱਡੀ ਗੱਲ ਕਿ ਆਪਣੇ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ, ਬਜ਼ੁਰਗਾਂ ਨੂੰ ਸਾਂਭ ਕੇ ਰੱਖੋ, ਕਿਉਂਕਿ ਬਜ਼ੁਰਗ ਨਹੀਂ ਮਿਲਦੇ। ਔਰ ਦੂਜੀ ਗੱਲ, ਵਹਿਮਾਂ ਭਰਮਾਂ 'ਚ ਨਾ ਪਵੋ ਜੀ, ਔਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਉਸ ਦੇ ਵਿੱਚ ਚੱਲੋ, ਉਸ ਤੋਂ ਵੱਡੀ ਕੋਈ ਤਾਕਤ ਨਹੀਂ ਜੀ। ਜੀ ਬਿਲਕੁਲ, ਔਰ ਬਹੁਤ ਅੱਛਾ ਮੈਸੇਜ ਦਿੱਤਾ ਤੁਸੀਂ ਸਾਡੇ ਦਰਸ਼ਕਾਂ ਨੂੰ, ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਜ਼ਰੂਰ ਅਮਲ ਵੀ ਕਰੋ, ਜਿੰਨੇ ਸਾਡੇ ਇੱਥੇ ਦੇ ਕੇ ਜਾਂਦੇ ਨੇ ਸਿੰਗਰਸ, ਅੱਛੇ ਅੱਛੇ ਮੈਸੇਜਸ ਦੇ ਕੇ ਜਾਂਦੇ ਨੇ, ਔਰ ਅਮਲ ਕਰਨਾ ਚਾਹੀਦਾ ਉਹਨਾਂ 'ਤੇ। ਔਰ ਗੁਰਮੀਤ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਗੁਰਮੀਤ ਪੰਜਾਬੀ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਛ ਵਰਕੇ ਸਾਡੇ ਨਾਲ ਸਾਂਝੇ ਕੀਤੇ। ਸੋ ਇਸੇ ਤਰ੍ਹਾਂ ਖਾਸ ਖਾਸ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਮਿਲਵਾਉਂਦੇ ਰਹਾਂਗੇ, ਮਿਲਦੇ ਹਾਂ ਇੱਕ ਹੋਰ ਨਵੇਂ ਚਿਹਰੇ ਦੇ ਨਾਲ, ਤਦ ਤੱਕ ਲਈ ਜੁੜੇ ਰਹੋ ਪੰਜਾਬ ਵਨ ਟੀਵੀ ਦੇ ਨਾਲ। ਬਹੁਤ ਬਹੁਤ ਧੰਨਵਾਦ।